ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਦਾ YouTube ਚੈਨਲ ਸਵੇਰਾ ਸਟਾਰ ਟਾਕਸ ਤੇ ਮੈਂ ਹਾਂ ਤਾਨਿਆ। ਅੱਜ ਫਿਲਮ ਰਿਲੀਜ਼ ਹੋਈ ਹੈ ਟੋਇਲਟ, ਇੱਕ ਪ੍ਰੇਮ ਕਥਾ। ਅਕਸ਼ੇ ਕੁਮਾਰ ਤੇ ਭੂਮੀ ਪੇਡਨੇਕਰ ਸਟਾਰਰ ਇਸ ਮੂਵੀ ਵਿੱਚ। ਡਾਇਰੈਕਟਰ ਸ਼੍ਰੀ ਨਾਰਾਇਣ ਸਿੰਘ ਨੇ ਸਮਾਜ ਨੂੰ ਇੱਕ ਆਈਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸਾਡੇ ਅੰਧ ਵਿਸ਼ਵਾਸੀ ਇੰਡੀਅਨਸ, ਆਲਸੀ ਸਿਸਟਮ ਤੇ ਭ੍ਰਿਸ਼ਟ ਲੀਡਰਸ ਨੇ ਮਿਲ ਕੇ ਸਾਡੇ ਦੇਸ਼ ਨੂੰ ਗੰਦਗੀ ਦਾ ਤਲਾਬ ਬਣਾ ਦਿੱਤਾ ਹੈ। ਲੇਡੀਜ਼ ਨਾਲ ਜਾਨਵਰਾਂ ਤੋਂ ਵੀ ਬੁਰਾ ਬਿਹੇਵ ਕੀਤਾ ਜਾਂਦਾ ਹੈ। ਖੇਤਾਂ ਤੇ ਖੁੱਲ੍ਹੇ 'ਚ ਟੋਇਲਟ ਜਾਣ ਦੀ ਪੁਰਾਣੀ ਆਦਤ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਵਿਅੰਗ ਕਰਦੀ ਹੈ ਫਿਲਮ ਟੋਇਲਟ, ਇੱਕ ਪ੍ਰੇਮ ਕਥਾ। ਫਿਲਮ ਦੀ ਕਹਾਣੀ ਕੇਸ਼ਵ ਯਾਨੀ ਕਿ ਅਕਸ਼ੇ ਕੁਮਾਰ ਤੇ ਜਯਾ ਯਾਨੀ ਕਿ ਭੂਮੀ ਪੇਡਨੇਕਰ ਦੀ ਹੈ। ਕੇਸ਼ਵ ਜਯਾ ਨੂੰ ਪਿਆਰ ਕਰਦਾ ਹੈ ਤੇ ਦੋਵਾਂ ਦਾ ਵਿਆਹ ਹੋ ਜਾਂਦਾ ਹੈ, ਪਰ ਕੇਸ਼ਵ ਜਯਾ ਨੂੰ ਇਹ ਨਹੀਂ ਦੱਸਦਾ ਕਿ ਉਸਦੇ ਘਰ ਟੋਇਲਟ ਹੀ ਨਹੀਂ ਹੈ। ਤੇ ਬਸ ਇਹ ਹੀ ਉਹ ਵਜ੍ਹਾ ਬਣ ਜਾਂਦੀ ਹੈ ਜਿਸ ਕਾਰਨ ਜਯਾ ਤਲਾਕ ਦਾ ਕੇਸ ਫਾਈਲ ਕਰ ਦਿੰਦੀ ਹੈ ਤੇ ਕੇਸ਼ਵ ਆਪਣੇ ਘਰ ਵਿੱਚ ਟੋਇਲਟ ਬਣਾਉਣ ਲਈ ਜੱਦੋ ਜਹਿਦ ਸ਼ੁਰੂ ਕਰ ਦਿੰਦਾ ਹੈ। ਹੁਣ ਦੋਵਾਂ ਦੀ ਲਵ ਸਟੋਰੀ ਚੜੀਕਾ ਬਣੀ ਟੋਇਲਟ ਦਾ ਕੀ ਹੱਲ ਹੁੰਦਾ, ਇਹ ਫਿਲਮ ਦੇ ਦੇਖਣ ਲਈ ਬਾਕੀ ਹੈ। ਇਹ ਵਿਅੰਗ ਭਰਪੂਰ ਫਿਲਮ ਅਕਸ਼ੇ ਕੁਮਾਰ ਤੇ ਟਿਕੀ ਹੋਈ ਹੈ। ਅਕਸ਼ੇ ਦੀ ਪਰਫਾਰਮੈਂਸ ਮਾਈਂਡ ਬਲੋਇੰਗ ਹੈ। ਅਕਸ਼ੇ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਉਹ ਕਿਉਂ ਬਾਲੀਵੁੱਡ ਦਾ ਖਿਲਾੜੀ ਹੈ। ਇਸ ਫਿਲਮ ਨੂੰ ਮਿਲੇ ਸਟਾਰਸ ਵਿੱਚੋਂ ਅੱਧਾ ਸਟਾਰ ਭੂਮੀ ਦੇ ਲਈ, ਕਿਉਂਕਿ ਉਹਨੇ ਕਮਾਲ ਦਾ ਐਕਟ ਕੀਤਾ ਹੈ। ਜਯਾ ਦੇ ਕੈਰੇਕਟਰ ਵਿੱਚੋਂ ਪੂਰੀ ਤਰ੍ਹਾਂ ਫਿੱਟ ਦਿਖਾਈ ਦੇ ਰਹੀ ਹੈ। ਦਿਵੇਂਦੂ ਦੀ ਕੌਮਿਕ ਟਾਈਮਿੰਗ ਕਮਾਲ ਦੀ ਹੈ। ਸੁਧੀਰ ਪਾਂਡੇ ਤੇ ਅਨੁਪਮ ਖੇਰ ਨੂੰ ਤੁਸੀਂ ਕਿਤੇ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਫਿਲਮ ਦੇ ਬਹੁਤ ਸਾਰੇ ਇਹੋ ਜਿਹੇ ਸੀਨਸ ਨੇ ਜੋ ਤੁਹਾਡੇ ਦਿਲ ਨੂੰ ਛੂੰਦੇ ਨੇ। ਫਿਲਮ ਦਾ ਮਿਊਜ਼ਿਕ ਕਮਾਲ ਦਾ ਹੈ। ਹਸਮਤ ਪਗਲੀ, ਗੋਰੀ ਤੂੰ ਲੱਠ ਮਾਰ ਵਰਗੇ ਸੌਂਗਸ ਇਸ ਫਿਲਮ ਦਾ ਪਲੱਸ ਪੁਆਇੰਟ ਨੇ। ਫਿਲਮ ਦੇ ਵਿੱਚ ਕਾਮੇਡੀ, ਰੋਮਾਂਸ, ਮੈਸੇਜ ਸਭ ਕੁਝ ਦੇਖਣ ਨੂੰ ਮਿਲੇਗਾ। ਤੇ ਹਾਂ, ਸਭ ਤੋਂ ਵੱਡੀ ਗੱਲ ਹੈ, ਫਿਲਮ ਵਿੱਚ ਦਿੱਤਾ ਗਿਆ ਸਵੱਛਤਾ ਦਾ ਮੈਸੇਜ। ਤੁਸੀਂ ਇਸ ਮੂਵੀ ਦੇ ਨਾਲ ਆਪਣਾ ਵੀਕਐਂਡ ਇੰਜੋਏ ਕਰ ਸਕਦੇ ਹੋ। ਅੰਤ ਵਿੱਚ ਦੈਨਿਕ ਸਵੇਰਾ ਦਿੰਦਾ ਇਸ ਮੂਵੀ ਨੂੰ 5 ਵਿੱਚੋਂ 3.5 ਸਟਾਰ। ਇਹ ਸੀ ਇਸ ਹਫਤੇ ਦਾ ਮੂਵੀ ਰਿਵਿਊ। ਅਗਲੇ ਹਫਤੇ ਫਿਰ ਮਿਲਾਂਗੇ ਕਿਸੇ ਹੋਰ ਰਿਵਿਊ ਦੇ ਨਾਲ। ਉਦੋਂ ਤੱਕ ਤੁਸੀਂ ਦੇਖਦੇ ਰਹੋ ਸਵੇਰਾ ਟੀਵੀ, ਐਂਡ ਫੋਰ ਮੋਰ ਬਾਲੀਵੁੱਡ ਐਂਡ ਪੋਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰ ਟਾਕਸ।